ਸਵਾਗਤ ਹੈ ਜੀ ਪਰਾਂ ਫਿਰ ਤੋਂ ਤੁਹਾਡਾ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਗੁਰਪ੍ਰੀਤ ਸਿੰਘ ਸੰਧਵਾਲੀਆ ਤੁਹਾਡੇ ਨਾਲ ਤੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਜਿਹੜੀ ਗੱਲਬਾਤ ਆਪਾਂ ਅੱਜ ਕਰਨੀ ਆ ਕਿਸ ਸ਼ਖਸੀਅਤ ਦੇ ਨਾਲ ਕਰਨੀ ਵੀ ਤੁਹਾਨੂੰ ਪਤਾ ਲੱਗ ਗਿਆ ਪਰ ਗੱਲਾਂ ਬਾਤਾਂ ਦੇ ਵਿੱਚ ਬਹੁਤ ਕੁਝ ਲੁਕਿਆ ਅੱਜ ਲੱਭਣ ਦੀ ਕੋਸ਼ਿਸ਼ ਕਰਦੇ ਆ ਆਪਣੇ ਨਾਲ ਨੇ ਤਰਸੇਮ ਜੱਜ ਜੀ ਤਰਸੇਮ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਾਈਮੇਸ਼ੀਆ ਟੀਵੀ ਦੇ ਵਿੱਚ ਸ਼ੁਕਰੀਆ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤਰਸੇਮ ਭਾਈ ਜੀ ਇੱਕ ਗੱਲ ਦੱਸੋ ਵੀ ਇਹ ਜਿਹੜਾ ਸਫਰ ਹੈ ਇਸ ਵਕਤ ਚੱਲਦਾ ਪਿਆ ਕੈਨੇਡਾ ਦਾ ਇਹਦੇ ਵਿਚਾਰੇ ਤੁਸੀਂ ਠਾਰ ਆਹ ਉਹ ਤਰ੍ਹਾਂ ਦੇ ਬੰਦਾ ਪਿੰਡੋਂ ਸਿੱਧਾ ਇੱਥੇ ਆਉਂਦਾ ਕੈਨੇਡਾ ਪਰ ਇਹਦੇ ਵਿੱਚ ਜਿਹੜਾ ਇਸ ਵਕਤ ਠਾਰ ਯੂਕੇ ਵਾਲੀ ਉਹਦਾ ਥੋੜਾ ਜਿਹਾ ਪਹਿਨ ਪਹਿਲਾ ਝੋਲ ਸਮਝਾ ਦਿਓ ਫਿਰ ਮੈਂ ਕੈਨੇਡਾ ਦੂਰ ਤੇ ਆਉਣਾ ਜੀ ਬਾਈ ਜੀ ਯੂਕੇ ਮੂਵੀ ਸ਼ੂਟ ਕਰ ਰਹੇ ਆਂ ਮਾਂ ਦਾ ਲਾਡਲਾ ਕੀ ਬਾਤ ਤੇ ਈ ਮਾਂ ਦਾ ਲਾਡ ਲਈ ਹੈ ਕਿ ਅਗਲੇ ਪਾਸੇ ਵਿਗੜ ਗਿਆ ਵੀ ਹੈਗਾ ਨਾ ਨਹੀਂ ਮਾਂ ਦਾ ਲਾਡ ਲਈ ਆ ਅੱਛਾ ਮਾਂ ਦਾ ਲਾਡ ਤੇ ਕਿਉਂਕਿ ਜਿਹੜੇ ਲਾਡਲੇ ਆ ਥੋੜੇ ਬਹੁਤੇ ਤਾਂ ਆਪੇ ਵਿਗੜ ਜਾਂਦੇ ਆ ਸਹੀ ਤੇ ਮਾਂ ਦੇ ਲਾਡਲੇ ਦੀ ਕਹਾਣੀ ਆ ਜਿਵੇਂ ਆਪਾਂ ਸਾਰੇ ਮਾਵਾਂ ਨੂੰ ਸਾਰੇ ਆਪਣੇ ਧੀ ਪੁੱਤ ਲਾਡ ਲਈ ਹੁੰਦੇ ਆ ਹਨ ਤੇ ਇਹ ਕਹਾਣੀ ਵੀ ਇਦਾਂ ਦੀ ਆ ਬੜੀ ਮਿੱਠੀ ਜੀ ਵੀ ਜਿਵੇਂ ਜਿਹੜੇ ਆਪਣੇ ਦਾਦਾ ਦਾਦੀ ਹੁੰਦੇ ਜਾਂ ਨਾਨਾ ਨਾਨੀ ਗ੍ਰੈਂਡਪੇਰੈਂਟਸ ਹੁੰਦੇ ਆ ਉਹਨਾਂ ਨੂੰ ਵੀ ਜਿਹੜਾ ਉਹਨਾਂ ਦਾ ਕਿਵੇਂ ਮੂਲ ਨਾਲ ਵਿਆਜ ਪਿਆਰ ਆ ਇਦਾਂ ਦੀ ਕਹਾਣੀ ਆ ਇੱਕ ਮਿੱਠੀ ਜੀ ਤੇ ਹੈਗੀ ਬੜੀ ਇੰਟਰਟੇਨਿੰਗ ਆ ਉਹ ਸ਼ੂਟ ਚੱਲ ਰਿਹਾ ਸਾਡਾ ਉੱਥੇ ਤੇ ਤਾਂ ਕਰਕੇ ਫਿਰ ਮੈਂ ਯੂਕੇ ਤੋਂ ਹੀ ਕੈਨੇਡਾ ਆਏ ਆ ਜੀ ਪਿੰਡ ਤੋਂ ਕੈਨੇਡਾ ਟੂਰ ਲਈ ਕਿਆ ਬਾਤ ਮੈਂ ਦੱਸਦਾ ਜੀ ਕਿ ਪਿੰਡ ਤੋਂ ਕੈਨੇਡਾ ਟੂਰ ਦੇ ਲਈ ਤਰਸੀਮ ਜਸੜ ਹੁਰੀਆਂ ਇਸ ਵਕਤ ਕੈਨੇਡਾ 'ਚ ਨੇ ਤੇ ਇਹਨਾਂ ਦਾ 29 ਨੂੰ ਵੈਨਕੂਵਰ ਦੇ ਵਿੱਚ ਸ਼ੋਅ ਹੈ 30 ਨੂੰ ਕੈਲਗਰੀ 'ਚ ਹੈ ਇਸ ਤੋਂ ਪਹਿਲਾਂ ਟੋਰਾਂਟੋ ਐਂਡ ਆਟਵਾ ਵਾਲਾ ਇਲਾਕਾ ਆਏ ਨੇ ਇਹ ਪਿੰਡ ਤੋਂ ਕੈਨੇਡਾ ਟੂਰ ਜੀ ਇਹ ਨਾਂ ਰੱਖਣ ਪਿੱਛੇ ਕੀ ਕਹਾਣੀ ਇਦੇ ਨਾਮ ਪਿੱਛੇ ਕਹਾਣੀ ਜਿਵੇਂ ਆਪਾਂ ਨਾ ਸਾਰਿਆਂ ਦੀ ਇੱਕ ਜਰਨੀ ਆ ਬਾਈ ਜੀ ਜਦੋਂ ਆਪਾਂ ਪਿੰਡੋਂ ਤੁਰਦੇ ਆ ਹਨਾ ਆਪਾਂ ਆਪਣਾ ਇੱਕ ਬੈਗ ਲੈ ਕੇ ਜਦੋਂ ਨਿਕਲਦੇ ਆ ਪਿੰਡ ਤੋਂ ਇੱਕ ਬੜੀਆਂ ਸੱਧਰਾਂ ਹੁੰਦੀਆਂ ਬੜੇ ਚਾਹ ਹੁੰਦੇ ਆ ਤੇ ਇੱਕ ਉੱਥੇ ਇੱਥੇ ਤੁਰਨ ਤੋਂ ਵੀ ਪਿੱਛੇ ਵੀ ਆਪਣੀ ਇੱਕ ਕਹਾਣੀ ਹੁੰਦੀ ਆ ਤੇ ਜਦੋਂ ਆਪਾਂ ਇੱਥੇ ਪਹੁੰਚਦੇ ਆ ਪਹੁੰਚਣ ਤੋਂ ਬਾਅਦ ਫਿਰ ਨਵੀਂ ਕਹਾਣੀ ਸ਼ੁਰੂ ਹੁੰਦੀ ਆ ਮੈਨੂੰ ਇਹ ਸੀ ਜਦੋਂ ਵੀ ਕੈਨੇਡਾ ਦਾ ਜਿਹੜਾ ਟੂਰ ਜਦੋਂ ਕਰਨਾ ਵਾ ਵੀ ਮੈਨੂੰ ਉੱਥੇ ਦੀ ਹਿਸਟਰੀ ਥੋੜੀ ਜਿਹੀ ਪਤਾ ਹੋਵੇ ਉਹਦੀ ਹਿਸਟਰੀ ਬਾਰੇ ਉਹ ਹਿਸਟਰੀ ਆਪਾਂ 쇼 ਦੇ ਵਿੱਚ ਉਹ ਚੀਜ਼ਾਂ ਗੀਤ ਦੇ ਰਾਹੀਂ ਬੋਲੀਏ ਕਿਉਂਕਿ ਕਲਾਕਾਰ ਦਾ ਕੰਮ ਹੁੰਦਾ ਲਿਖਾਰੀ ਦਾ ਕੰਮ ਆ ਲਿਖਣਾ ਤੇ ਹੁਣ ਅਸੀਂ ਉਹ ਚੀਜ਼ਾਂ ਮੈਨੂੰ ਇਹ ਮੈਂ ਗੀਤ ਦੇ ਰੂਪ ਚ ਪੇਸ਼ ਕਰਾਂ ਹਨਾ ਤੇ ਜਿਹੜੀ ਨਵੀਂ ਜਨਰੇਸ਼ਨ ਆ ਇੱਥੇ ਜਿਹੜੇ ਨਵੇਂ ਸਾਡੇ ਛੋਟੇ ਭਰਾ ਜਾਂ ਭੈਣਾਂ ਸਾਡੀਆਂ ਇੱਧਰ ਆਈਆਂ ਹਾਂ ਹੁਣ ਕੈਨੇਡਾ ਦੇ ਵਿੱਚ ਸਟੂਡੈਂਟ ਆਏ ਆ ਕਿਉਂਕਿ ਇਹ ਵੈਸੇ ਹੁਣ ਇੱਥੇ ਹਰੇਕ ਬੰਦਾ ਇੰਨਾ ਬਿਜ਼ੀ ਆ ਕਈ ਵਾਰ ਤੁਹਾਨੂੰ ਟਾਈਮ ਨਹੀਂ ਲੱਗਦਾ ਗੀਤਾ ਰਾਹੀਂ ਤੁਹਾਨੂੰ ਇੱਥੇ ਦੀਆਂ ਚੀਜ਼ਾਂ ਸੁਣਨ ਨੂੰ ਮਿਲ ਜਾਣ ਤਾਂ ਮੈਨੂੰ ਇਹ ਸੀ ਮੈਂ ਇੱਕ ਉਹ ਇਹਦਾ ਕਨਸੈਪਟ ਹੋਵੇ ਟੂਰ ਦਾ ਆਪਾਂ ਇਹ ਨਹੀਂ ਵਿੱਚ ਇਕੱਲਾ ਜਾਣਾ ਇਕੱਲਾ ਗਾ ਕੇ ਆ ਗਈ ਤਾਂ ਟੂਰ ਦਾ ਕੋਈ ਵੀ ਨਾਮ ਰੱਖਦਾ ਮੈਨੂੰ ਇਹ ਸੀ ਵੀ ਇੱਕ ਕੋਈ ਉਹਦਾ ਕਨਸੈਪਟ ਹੋਵੇ ਲਓ ਕਨਸੈਪਟ ਨੂੰ ਲੈ ਕੇ ਚੱਲ ਰਹੇ ਆ ਮੈਂ ਉਹਦੇ ਲਈ ਨਵੀਆਂ ਚੀਜ਼ਾਂ ਬਹੁਤ ਲਿਖੀਆਂ ਤੇ ਜਿਵੇਂ ਵੀ ਕਦੋਂ ਆਪਣੇ ਪੰਜਾਬੀ ਇੱਥੇ ਆਉਣੇ ਸ਼ੁਰੂ ਹੋਏ 18ਵੀਂ ਸਦੀ ਦੇ ਅਖੀਰ ਚ ਆਪਾਂ ਪਹਿਲਾਂ ਜਿਵੇਂ ਬ੍ਰਿਟਿ ਇੱਥੇ ਵੀ ਇਹੀ ਸੀ ਇੰਡੀਆ ਵੀ ਉਹਨਾਂ ਦਾ ਹੀ ਸੀ ਉਦੋਂ ਆਰਮੀ ਦੇ ਰੂਪ ਚ ਆਏ ਫਿਰ 1904-5 ਦੇ ਨੇੜੇ ਤੇੜੇ ਥੋੜੇ ਪੰਜਾਬੀ 258 ਜਿੰਨਾ ਕਿ ਮੈਂ ਪੜਿਆ 258 ਪੰਜਾਬੀ ਇੱਥੇ ਆਏ ਇਮੀਗ੍ਰੈਂਟਸ ਫਿਰ ਕਿਵੇਂ ਆਪਾਂ 1905 ਦੇ ਵਿੱਚ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਇੱਥੇ ਲੈ ਕੇ ਆਏ ਕਿਵੇਂ ਫਿਰ ਘਰ ਕਰਾਇਤੇ ਲੈ ਕੇ ਉੱਥੇ ਪ੍ਰਕਾਸ਼ ਕੀਤਾ ਕਿਵੇਂ ਆਪਣਾ ਇੱਥੇ ਮਤਲਬ ਇੱਥੇ ਆਪਣੀ ਜੜ ਕੀ ਸੀ ਹਨਾ ਅੱਜ ਹੁਣ ਆਪਾਂ ਬੜੇ ਇੱਥੇ ਮਾਣ ਨਾਲ ਤੇ ਬੜਾ ਸੌਖਾ ਉਧਰੋਂ ਆ ਕੇ ਇੱਥੇ ਨਵੇਂ ਕੰਮ ਲੱਭ ਲੈਣੇ ਆ ਸੈਟਲ ਹੋ ਜਾਂਦੇ ਆ ਪਰ ਇਹਦੇ ਪਿੱਛੇ ਸਾਡੇ ਬਜ਼ੁਰਗਾਂ ਦੀ ਬੜੀ ਮਹਾਨਤਾ ਤੇ ਉਹਨਾਂ ਦੀ ਬੜੀ ਸਟਰਗਲ ਆ ਕਿਵੇਂ ਕੰਮਾਂ ਘਾਟਾਂ ਮਾਰੂ ਦਾ ਕੀ ਕਿੱਸਾ ਸੀ ਕਿਵੇਂ ਪੰਜਾਬੀ ਉਦੋਂ ਤੋਂ ਖੜਦੇ ਖੜਦੇ ਅੱਜ ਤੱਕ ਵੀ ਖੜ ਰਹੇ ਆ ਤੇ ਅੱਜ ਆਪਾਂ ਕਿਵੇਂ ਅੰਦੋਲਨ ਲਾਉਨੇ ਆ ਕਿਵੇਂ ਅੰਦੋਲਨ ਜਿੱਤਦੇ ਆ ਕਿਵੇਂ ਇਹ ਸਾਰਾ ਇਹ ਮਤਲਬ ਜਿਹੜੀਆਂ ਆਪਣੀਆਂ ਜੜਾਂ ਨੇ ਉਹ ਹਜੇ ਵੀ ਪਿੰਡ ਨੇ ਤੇ ਹੁਣ ਕੈਨੇਡਾ ਵੀ ਸਾਡਾ ਪਿੰਡ ਆ ਤੇ ਹੁਣ ਅਸੀਂ ਦੋ ਪਿੰਡਾਂ ਚ ਰਹਨੇ ਆ ਇਹ ਗੱਲ ਤੁਹਾਡੀ ਸਹੀ ਜਦੋਂ ਤੁਸੀਂ ਆ ਜ਼ਿਕਰ ਕਰਦੇ ਪਿਆ ਸੀ ਮੇਰੇ ਦਿਮਾਗ ਕੁਦਰਤੀ ਵੈਨਕੋਰ ਦੀ ਜਗ੍ਹਾ ਆ ਗਈ ਵਾਟਰਫਰੰਟ ਜਿੱਥੇ ਅੱਜ ਵੀ ਉਹ ਕਾਮਾਗਾਟਾ ਮਰੂ ਵਾਲਿਆਂ ਦੀ ਯਾਦਗਾਰ ਬਣੀ ਹੈ ਹੁਣ ਤੁਸੀਂ ਦੇਖੋ ਵੀ ਕਿਥੇ ਤੇ ਉਹ ਸਮਾਂ ਸੀਗਾ ਵੀ ਜਦੋਂ ਉਹ ਘਟਨਾ ਵਾਪਰੀ ਹੋਊਗੀ ਤੇ ਅੱਜ ਉਹ ਜਿਹੜੀ ਜਗ੍ਹਾ ਹੈ ਉਹ ਉਥੇ ਐਸ ਵਾਰ ਆਪਾਂ ਨੂੰ ਮਾਣ ਹਾਸਲ ਹੈ ਵੀ ਉੱਥੇ ਹੈਗੀ ਇਹ ਵੈਸੇ ਵਧੀਆ ਹੈ ਪਰ ਇਹ ਆਈਡੀਆ ਆਪਣੇ ਆਪ ਦਿਮਾਗ ਚ ਆਇਆ ਜਾਂ ਕੋਈ ਹੋਰ ਕੋਈ ਕਾਰਨ ਬਣਿਆ ਜਿੱਥੋਂ ਤੁਹਾਨੂੰ ਲੱਗਿਆ ਵੀ ਯਾਰ ਜੇ ਅੱਜ ਕੈਨੇਡਾ ਦੇ ਵਿੱਚ ਆਪਣਾ ਨਵਾਂ ਪੂ ਕਿਉਂਕਿ ਹੁਣ ਤੁਸੀਂ ਕਿਤੇ ਚਲੇ ਜਾਓ ਖਾਸ ਕਰਕੇ ਆਪਾਂ ਸੜੀ ਵਾਲੇ ਏਰੀਆ 'ਚ ਬੈਠੇ ਆ ਬਹੁਤਾ ਕਰਕੇ ਤੇ 80% ਸਾਰਾ ਦਿਨ ਅੰਗਰੇਜ਼ੀ ਬੋਲਣ ਦੀ ਵੀ ਲੋੜ ਨਹੀਂ ਪੈਂਦੀ ਪੰਜਾਬੀ ਚ ਹੀ ਸੜੀ ਜਾਂਦੀ ਰਹਿੰਦਾ ਜਿੱਥੇ ਵੀ ਚਲੇ ਜਾਓ ਇਹ ਆਈਡੀਆ ਕਿੱਥੋਂ ਆਇਆ ਸੀ ਦਿਮਾਗ 'ਚ ਆਈਡੀਆ ਬਾਈ ਜੀ ਇਦਾਂ ਹੀ ਆਇਆ ਸੀ ਇਹ ਜਦੋਂ ਨਾ ਇੱਕ ਵਾਰ ਅਸੀਂ ਬੈਠੇ ਸੀ ਮੈਂ ਮੂਵੀ ਦੀ ਪ੍ਰੋਮੋਸ਼ਨ ਲਈ ਆਇਆ ਸੀਗਾ ਤੇ ਗੱਲ ਚੱਲ ਪਈ ਮੈਨੂੰ ਅੰਕਲ ਦੱਸਣ ਲੱਗ ਗਏ ਸਾਡੇ ਬਜ਼ੁਰਗ ਉਹ ਪੁਰਾਣੇ ਆਏ ਹੋਏ ਇੱਥੇ ਉਹ ਦੱਸਣ ਲੱਗੇ ਪੁੱਤ ਪਹਿਲਾਂ ਕਿੰਨਾ ਔਖਾ ਸੀ ਹੈਨਾ ਤੇ ਯੂਕੇ ਮੈਂ ਆਪ ਰਿਹਾ 2009-10 ਦੇ ਵਿੱਚ ਮੈਂ ਵੀ ਉੱਥੇ ਦੇਖਿਆ ਤੇ ਉੱਥੇ ਵੀ ਮੈਂ ਪੁਰਾਣੇ ਆਪਣੇ ਬਜ਼ੁਰਗਾਂ ਦੀਆਂ ਕਹਾਣੀਆਂ ਸੁਣੀਆਂ। ਇਹ ਅਸੀਂ ਮਿਲ ਵਿੱਚ ਕੰਮ ਕਰਦੇ ਸੀ ਭਾਈ। ਐਨੇ-ਐਨੇ ਘੰਟੇ ਕੰਮ ਹੁੰਦਾ ਸੀ। ਮਤਲਬ 18-18 ਘੰਟੇ ਲਗਾਤਾਰ ਮਿਲਣਾ ਵਿੱਚ ਕੰਮ ਕੀਤਾ ਆਪਣੇ। ਹਨਾ ਇੱਥੇ ਵੀ ਫੋਰੈਸਟਰੀ ਦੇ ਵਿੱਚ ਆਪਾਂ ਕੰਮ ਕੀਤੇ ਆ ਕੇ ਹਨਾ। ਤੇ ਕਿੰਨੇ ਹਾਰਡਵਰਕ ਕੀਤੇ ਤੇ ਉਦੋਂ ਇਹ ਵੀ ਸੀ ਕਈ ਥਾਵਾਂ ਤੇ ਤਾਂ ਇਹ ਹੁੰਦਾ ਸੀ ਪੱਗ ਬੰਨੀ ਆ ਤਾਂ ਕੰਪਨੀ ਸੀ ਮਿਲਦਾ। ਹਮ ਬਿਲਕੁਲ ਮਤਲਬ ਬਹੁਤ ਚੀਜ਼ਾਂ ਆਪਾਂ ਫੇਸ ਕੀਤੀਆਂ। ਕਿੰਨੀ ਸਟਰਗਲ ਫੇਸ ਕੀਤੀ। ਤੇ ਉਹਨਾਂ ਦੀਆਂ ਉਹ ਗੱਲਾਂ ਤੋਂ ਮੈਨੂੰ ਦਿਮਾਗ 'ਚ ਆਈ ਡਾਇਆ। ਮੈਂ ਕਿਹਾ ਯਾਰ ਵੀ ਇਹ ਇੱਕ ਕਨਸੈਪ ਜਦੋਂ ਆਪਾਂ ਟੂਰ ਕਰਨਾ ਤਾਂ ਮੈਂ ਇਹ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਕਰਨਾ ਵੀ ਯਾਰ ਇੰਨੀ ਆਪਣੀ ਹਿਸਟਰੀ ਆ ਆਪਾਂ ਹਿਸਟਰੀ ਨਾ ਮੈਨੂੰ ਵੈਸੇ ਹੀ ਮੈਨੂੰ ਲਗਾਓ ਕਹਿ ਲਓ ਜਾਂ ਮੈਨੂੰ ਲੱਗਦਾ ਵੀ ਹਿਸਟਰੀ ਕਿਸੇ ਵੀ ਬੰਦੇ ਨੂੰ ਆਪਣੀ ਪਤਾ ਹੋਣੀ ਚਾਹੀਦੀ ਆ ਵੀ ਆਪਾਂ ਕਿੱਥੇ ਜੰਮੇ ਆ ਕਿਉਂ ਜੰਮੇ ਆ ਕੀ ਕਹਾਣੀ ਆ ਕੀ ਸਾਡਾ ਉਹਦੇ ਨਾਲ ਫਿਰ ਆਪਾਂ ਨੂੰ ਇੱਕ ਮਾਣ ਜਾਰਿਆਂ ਦਾ ਜਾਂ ਆਪਾਂ ਨੂੰ ਪਤਾ ਹੋਵੇ ਬਿਲਕੁਲ ਸਹੀ ਨਹੀਂ ਚਲੋ ਇਹ ਚੰਗੀ ਗੱਲ ਆ ਤੇ ਅਸੀਂ ਆਸ ਕਰਦੇ ਆ ਵੀ ਟ੍ਰਾਂਟੋ ਆਟ ਵਾਲ ਵਾਲਿਆਂ ਤਾਂ ਦੇਖ ਲਿਆ ਹੁਣ ਤੇ ਜਿਹੜੇ ਹੁਣ ਅਗਲੇ ਆਉਣ ਵਾਲੇ ਸ਼ੋਜ਼ ਨੇ ਉਹਨਾਂ ਦੇ ਵਿੱਚ ਜਦੋਂ ਤੁਸੀਂ ਇਹ ਸਾਰਾ ਕੁਝ ਸਟੇਜ ਦੇ ਉੱਪਰ ਪ੍ਰੋਸੋਗੇ ਤੇ ਉਦੋਂ ਲੋਕਾਂ ਨੂੰ ਚੰਗਾ ਲੱਗੂਗਾ ਮੈਂ ਇਥੇ ਸ਼ੋਅ ਚ ਤਾਂ ਨਹੀਂ ਛੇੜ ਰਿਹਾ ਕਿਉਂਕਿ ਫਿਰ ਗੱਲ ਉੱਥੇ ਚੰਗੀ ਲੱਗਦੀ ਜਿੱਥੇ ਜਿੰਦਲੀ ਬਣਾਈ ਹੋਵੇ ਬਿਲਕੁਲ ਅੱਛਾ ਇੱਕ ਗੱਲ ਦੱਸੋ ਕਿ ਫਿਲਮਾਂ ਵਾਲੇ ਪਾਸੇ ਤਾਂ ਹੋਣੀ ਤੁਸੀਂ ਯੂਕੇ ਦੇ ਵਿੱਚ ਫਿਲਮ ਸ਼ੂਟ ਕਰ ਰਹੇ ਹੋ ਫਿਲਮਾਂ ਵਾਲੇ ਪਾਸੇੋਂ ਜੇ ਮੈਂ ਗਲਤ ਨਹੀਂ ਤੇ ਰੱਬ ਦਾ ਰੇਡੀਓ ਤੋਂ ਸ਼ੁਰੂਆਤ ਹੋ ਗਈ ਸੀ ਜੀ 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 ਹੁਣ ਤੱਕ ਵਾਵਾ ਫਿਲਮਾਂ ਤੁਸੀਂ ਕਰ ਲੀਆਂ ਜੇ ਮੈਂ ਆਖਾਂ ਤਾਂ ਲਾਸਟ ਜਿਹੜੀ ਸੀ ਖਾਓ ਇਹ ਪੰਜਾਬੀ ਫਿਲਮਾਂ ਨੂੰ ਕਿੱਥੇ ਕਿਤੇ ਦੇਖ ਦਵਾਂ ਕਿੱਥੇ ਵੀ ਦੇਖੜਾ ਲੱਗਦੀ ਕਿਤੇ ਖੜੀ ਲੱਗਦੀ ਇੰਡਸਟਰੀ ਭਾਈ ਬਹੁਤ ਗਰੋਅ ਕਰ ਰਹੇ ਆ ਆਪਾਂ ਡੇ ਬਾਈ ਡੇ ਕਰ ਰਹੇ ਆ ਮਤਲਬ ਹੁਣ ਕੋਵਿਡ ਨੇ ਆਪਾਂ ਨੂੰ ਬੜਾ ਵੱਡਾ ਇੱਕ ਪਾਉਜ਼ ਦਿੱਤਾ ਹਨਾ ਉਹ ਪਾਉਜ਼ ਤੋਂ ਬਾਅਦ ਦੁਬਾਰਾ ਹੁਣ ਆਪਾਂ ਉੱਠ ਰਹੇ ਆ ਤੇ ਪਰ ਸਿਨੇਮੇ ਦੀ ਜੇ ਮੈਂ ਗੱਲ ਕਰਾਂ ਤਾਂ ਆਪਣਾ ਸਿਨੇਮਾ ਹੁਣ ਬਹੁਤ ਵਧੀਆ ਤਰੀਕੇ ਨਾਲ ਵੱਧ ਫੁੱਲ ਰਿਹਾ ਤੇ ਜੇ ਆਪਾਂ ਹੁਣ ਇਹ ਜੇ ਨਵੇਂ ਕਨਸੈਪਟ ਲਿਆਉਣ ਲੱਗੇ ਨਵੀਆਂ ਚੀਜ਼ਾਂ ਹੋਰ ਵੱਡੀਆਂ ਕਰਨ ਲੱਗੇ ਤਾਂ ਉਹ ਦਿਨ ਦੂਰ ਨਹੀਂ ਵੀ ਆਪਣਾ ਸਿਨੇਮਾ ਵੀ ਸਾਊਥ ਦੇ ਸਿਨੇਮੇ ਜਿੰਨਾ ਹੋ ਸਕਦਾ ਹੂੰ ਕਿਉਂਕਿ ਆਪਣੀ ਆਡੀਅנס ਬਹੁਤ ਆ ਬਿਲਕੁਲ ਆਪਣੇ ਇਹ ਨਹੀਂ ਹੈਗਾ ਵੀ ਸਰੋਤੇ ਘਟਨੇ ਤੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਘਟਨੇ ਤੁਸੀਂ ਇਹ ਦੇਖੋ ਵੀ ਆਪਾਂ ਜੇ ਪੰਜਾਬ ਨੂੰ ਤੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਹੈਗੇ ਆ ਜਿਹੜੇ ਇਧਰਲੇ ਜੰਮੇ ਬੱਚੇ ਆ ਉਹ ਵੀ ਉਹਰੇ ਪ੍ਰੋਟੈਸਟ ਦੌਰਾਨ ਫੱਟੀਆਂ ਚੱਕੀ ਖੜੇ ਸੀ ਇੱਥੇ ਕਿਸੇ ਕੋਲ 5 ਮਿੰਟ ਨਹੀਂ ਕੱਢਣ ਲਈ ਤੇ ਉਹ ਘੰਟਿਆਂ ਦੇ ਹਿਸਾਬ ਨਾਲ ਲਾਈਟਾਂ ਦੇ ਖੜੇ ਸੀ ਜੇ ਪੰਜਾਬ ਲਈ ਦਰਦ ਦਾ ਪੰਜਾਬੀ ਲਈ ਪਿਆਰ ਆ ਤਾਂ ਹੀ ਆ ਆਪਾਂ ਨੂੰ ਸਿਰਫ ਸਿਨੇਮਾ ਐਦਾਂ ਦੀ ਚੀਜ਼ ਆ ਸਿਨੇਮਾ ਮੈਂ ਕਹਿੰਦਾ ਵੀ ਸਿਨੇਮਾ ਹਿਸਟਰੀ ਕ੍ਰੀਏਟ ਕਰਦਾ ਆਪਾਂ ਕੋਈ ਵੀ ਫਿਲਮਾਂ ਬਣਾਉਂਦੇ ਆ ਜਿਹੜੀਆਂ ਉਹ ਹਿਸਟਰੀ ਬਣ ਰਹੀ ਆ ਉਹਨਾਂ ਤੇ ਵਧੀਆ ਫਿਲਮਾਂ ਬਣ ਰਹੀਆਂ ਹੁਣ ਬਹੁਤ ਆਪਾਂ ਅੱਗੇ ਜਾ ਰਹੇ ਹਾਂ ਤੇ ਜਾਵਾਂਗੇ ਹੋਰ ਮਹਾਰਾਜ ਕਿਰਪਾ ਰੱਖੋ ਕਿਉਂਕਿ ਹੁਣ ਆਪਾਂ ਡਿਜੀਟਲੀ ਵੀ ਸਟਰੋਂਗ ਹੋ ਗਏ ਡਿਜੀਟਲ ਰਾਈਟਸ ਵੱਧ ਵਿਕਣ ਲੱਗੇ ਫਰਮਾਂ ਦੀ ਜਿਵੇਂ ਜਿਵੇਂ ਜੋ ਕਮਾਈ ਵਧੂਗੀ ਤਾਂ ਆਪਾਂ ਇਨਵੈਸਟਮੈਂਟ ਵਧਾਵਾਂਗੇ ਉਹ ਹੁਣ ਚੱਲ ਰਿਹਾ ਵਧੀਆ ਟਰੈਕ ਤੇ ਆ ਇੱਕ ਮੈਂ ਅੱਗੇ ਵੀ ਜਿੰਨੇ ਵੀ ਆਰਟਿਸਟ ਆਉਂਦੇ ਨੇ ਖਾਸ ਕਰਕੇ ਫਿਲਮਾਂ ਨਾਲ ਰਿਲੇਟਡ ਮੈਂ ਜ਼ਰੂਰ ਸਵਾਲ ਪੁੱਛਦਾ ਹਾਂ ਉਹਨਾਂ ਵੀ ਜੋ ਫੈਸਿਲਿਟੀ ਯੂਕੇ ਦਿੰਦਾ ਹੂੰ ਉਹਦਾ ਕਰਕੇ ਹਰੇਕ ਬੰਦੇ ਦਾ ਮਨ ਹੁੰਦਾ ਵੀ ਚਲੋ ਯਾਰ ਯੂਕੇ ਠੀਕ ਆ ਹੂੰ ਉਹ ਪੰਜਾਬ ਸਰਕਾਰ ਨੂੰ ਨਹੀਂ ਚਾਹੀਦੀ ਕਿਉਂਕਿ ਜੇ ਪੰਜਾਬ ਕਿਉਂਕਿ ਆਪਾਂ ਸਾਊਦੀ ਗੱਲ ਕਰਦੇ ਆਂ ਸਾਊਥ ਵਾਲੀਆਂ ਫਿਲਮਾਂ ਨੂੰ ਜਾਂ ਉੱਥੋਂ ਦੇ ਉੱਥੋਂ ਦੇ ਸਿਨੇਮਾ ਨੂੰ ਪ੍ਰਚੋਕਣ ਦੇ ਲਈ ਉੱਥੇ ਨਹੀਂ ਗਵਰਨਮੈਂਟਸ ਦਾ ਬਹੁਤ ਵੱਡਾ ਹੱਥ ਆ ਪਰ ਪੰਜਾਬ ਸਰਕਾਰ ਮੈਂ ਦੇਖਿਆ ਭਾਵੇਂ ਹੋਣ ਵਾਲੀ ਲਾਲੋ ਏਦੋਂ ਪਿਛਲੀ ਲਾਲੋ ਉਦੋਂ ਪਿਛਲੀ ਲਾਲ ਜਾ ਉਦੋਂ ਵੀ ਪਿਛਲੀ ਦੀ ਗੱਲ ਕਰ ਲਓ ਉਹ ਕਹਿੰਦੇ ਹੁੰਦੇ ਸੀ ਫਿਲਮ ਸਿਟੀ ਬਣਾਉਣਾ ਪਰ ਪਤਾ ਨਹੀਂ ਨਾ ਦਾ ਕੋਈ ਸਿਟੀ ਬਣਿਆ ਨਾ ਹੁਣ ਵੀ ਜਦੋਂ ਬਈ ਇੱਕ ਦਿਨ ਨਾ ਬੈਠੇ ਚਲੋ ਸਾਰੇ ਵੀਰਪਰਾ ਗੱਲਾਂ ਕਰਦੇ ਸੀ ਹੂੰ ਉਦੋਂ ਵੀ ਇਹੀ ਗੱਲ ਕਰਦੇ ਸੀ ਮੈਂ ਕਹਿੰਦਾ ਵੀ ਇੱਕ ਤਾਂ ਫਿਲਮ ਸਿਟੀ ਚਲੋ ਆਬਵੀਅਸਲੀ ਆਪਾਂ ਨੂੰ ਇਹ ਤਾਂ ਚਾਹੀਦੀ ਉਹ ਇਹਦੀ ਤਾਂ ਗੱਲ ਨਹੀਂ ਪਰ ਉਹ ਤੋਂ ਬਿਨਾ ਅਗਲੀ ਗੱਲ ਆਪਾਂ ਕਰਦੇ ਆਂ ਸਬਸਿਡੀ ਦੀ ਹਮ ਟੌਪ 10 ਜਾਂ 15 ਮੂਵੀਜ਼ ਜਿਹੜੀਆਂ ਸੋਸ਼ਲ ਨੇ ਆਪਾਂ ਇਹ ਨਹੀਂ ਕਹਿੰਦੇ ਸਾਰੀਆਂ ਨੂੰ ਦੋ ਜਿਹੜੀਆਂ ਕਮਰਸ਼ੀਅਲ ਨੇ ਟੌਪਿਕ ਕਮਰਸ਼ੀਅਲ ਆ 노 ਡਾਊਟ ਉਹਨਾਂ ਨੂੰ ਲੋਡ ਨਹੀਂ ਉਹ ਬਿਜ਼ਨਸ ਕਰਨਾ ਨਹੀਂ ਕਰਨਾ ਉਹ ਰਿਸਕ ਆ ਹਮ ਸਿਨੇਮਾ ਇੱਕ ਮੰਨ ਲਓ ਰਿਸਕ ਤੇ ਚੱਲਦਾ ਪਰ ਜਿਹੜੀਆਂ ਨਾ ਸੋਸ਼ਲ ਮੂਵੀਜ਼ ਨੇ ਕਨਸੈਪਟ ਵਧੀਆ ਨੇ ਉਹਨਾਂ ਨੂੰ ਮਤਲਬ ਉਹਨਾਂ ਦੀ ਇੱਕ ਪੂਲ ਹੋਣਾ ਚਾਹੀਦਾ ਉਹਨਾਂ ਦਾ ਵੀ ਅਸੀਂ 10 ਮੂਵੀਆ ਜਿਹੜੀਆਂ ਨਾਨ ਸੋਸ਼ਲ ਮਤਲਬ ਸੋਸ਼ਲ ਹੋਣਗੀਆਂ ਨਾਨ ਕਮਰਸ਼ੀਅਲ ਹੋਣਗੀਆਂ ਜਾਂ ਵਧੀਆ ਟਾਪਿਕ ਤੇ ਹੋਣਗੀਆਂ ਉਹਨਾਂ ਨੂੰ ਅਸੀਂ ਸਬਸਿਡਾਈਜ਼ ਕਰਾਂਗੇ ਬਿਲਕੁਲ ਸਹੀ ਉਹਦੇ ਨਾਲ ਇਹ ਚੀਜ਼ਾਂ ਕੀ ਆ ਬਾਈ ਜੀ ਉਹ ਚੀਜ਼ਾਂ ਪ੍ਰਮੋਟ ਹੋਣਗੀਆਂ ਪ੍ਰੋਡਿਊਸਰ ਦਾ ਰਿਸਕ ਫੈਕਟਰ ਘਟੂਗਾ ਤੇ ਉਹ ਹੱਥ ਪਾਊਗਾ ਉਹ ਚੀਜ਼ਾਂ ਨੂੰ ਹੁਣ ਜਦੋਂ ਅਸੀਂ ਰੱਬ ਦਾ ਰੇੜੀ ਉਹ ਵੀ ਕਰੀ ਸੀ ਤਾਂ ਸਾਨੂੰ ਅੱਧੇ ਤੋਂ ਵੱਧ ਬੰਦੇ ਦਾ ਕਮਲਾ ਹੀ ਕਹਿੰਦੇ ਸੀ ਇਹ ਤੇਰੀ ਪਹਿਲੀ ਫਿਲਮ ਨਾਨ ਕਮਰਸ਼ੀਅਲ ਜੀ ਫਿਲਮ ਕਰਨ ਲੱਗੇ ਨਾ ਉਹ ਕੋਈ ਲੋੜ ਤੋਂ ਵੱਧ ਹਾਸਾ ਨਾ ਹੋ ਲੋਕਾਂ ਨੇ ਸੱਚੇ ਦਿਲੋਂ ਹੀ ਇੰਨੀ ਪਸੰਦ ਕੀਤੀ ਵੀ ਉਹ ਕਲਾਸਿਕਲ ਮੂਵੀ ਦੇ ਵਿੱਚ ਹਮੇਸ਼ਾ ਰੱਬ ਦਾ ਰੇਡੀਓ ਯਾਦ ਕੀਤੀ ਜਾਊਗੀ ਬਿਲਕੁਲ ਜੀ ਤੇ ਉਹ ਮਤਲਬ ਸਾਡਾ ਰਿਸਕ ਪਰ ਬਹੁਤ ਵੱਡਾ ਸੀ ਮੇਰੇ ਲਈ ਵੀ ਐਕਟਰ ਦੇ ਤੌਰ ਤੇ ਵੀ ਰਿਸਕ ਸੀ ਤੇ ਸਾਡੇ ਪ੍ਰੋਡਕਸ਼ਨ ਹਾਊਸ ਲਈ ਵੀ ਰਿਸਕ ਸੀ ਪਰ ਉਹ ਸੱਚੀ ਨਹੀਂ ਤਾਂ ਸਾਡਾ ਵੀ ਰੱਬ ਦਾ ਰੇਡੀਓ ਹੀ ਬੋਲਿਆ ਸੀ ਸਾਡਾ ਅਸੀਂ ਤਾਂ ਬਣਾ ਲਈ ਪਰ ਉਹਦਾਂ ਦੀਆਂ ਕੋਈ ਵੀ ਫਿਲਮਾਂ ਜਿਹੜੀਆਂ ਕਿ ਜਿਵੇਂ ਬਹੁਤ ਸੋਹਣੀਆਂ ਫਿਲਮਾਂ ਆਉਂਦੀਆਂ ਨੇ ਹਨਾ ਅ ਪਿੱਛੇ ਜੇ ਇੱਕ ਰਾਣੇ ਰਣਬੀਰ ਬਾਈ ਦੀ ਫਿਲਮ ਆਈ ਸੀਗੀ ਅਸੀਸ ਆਈ ਥਿੰਕ ਠੀਕ ਵੀ ਜਿਹੜੀਆਂ ਸੋਹਣੀਆਂ ਫਿਲਮਾਂ ਨੇ ਨਾ ਉਹਨਾਂ ਨੂੰ ਸਬਸਿਡਾਈਜ਼ ਕਰਨਾ ਚਾਹੀਦਾ ਵੀ ਆਪਾਂ ਉਹ ਟਾਪਿਕ ਤੇ ਪੰਜਾਬੀ ਦੀ ਉਹ ਚੀਜ਼ਾਂ ਮਿਸ ਨਾ ਹੋਣ ਹੂੰ ਇਹ ਗੱਲ ਬਿਲਕੁਲ ਸਹੀ ਤੁਹਾਡੀ ਕਿਉਂਕਿ ਜਦੋਂ ਪ੍ਰੋਡਿਊਸਰ ਨੇ ਵੀ ਪੈਸਾ ਲਾਉਣਾ ਹੁੰਦਾ ਤੇ ਅਗਲਾ ਕਹਿੰਦਾ ਵੀ ਯਾਰ ਆਉਣੇ ਕਿੱਥੋਂ ਆਉਣੇ ਕਿੱਥੋਂ ਬਿਲਕੁਲ ਆਪਾਂ ਕਹਿੰਦੇ ਕਬੜੀ ਇਨਵੈਸਟਮੈਂਟ ਹਾਂ ਬਟ ਜੇ ਉਹਨੂੰ ਜਾਪੇ ਵੀ ਯਾਰ ਆ ਇੱਕ ਟਾਪਿਕ ਹੈ ਲੋਕਾਂ ਦੇ ਸਾਹਮਣੇ ਰੱਖਣ ਦੀ ਲੋੜ ਹੈ ਚਲੋ ਨਾ ਵੀ ਮੁੜੇ ਲੋਕਾਂ ਤੱਕ ਗੱਲ ਤਾਂ ਪਹੁੰਚੂਗੀ ਨਾ ਹ ਤੁਸੀਂ ਕਈ ਵਾਰ ਨਾ ਡਿਫਰੈਂਟ ਤਰ੍ਹਾਂ ਦਾ ਗੀਤ ਕੱਢ ਲੈਂਦੇ ਜੇ ਮੈਂ ਲੇਟੈਸਟ ਗੱਲ ਕਰਾਂ ਰਾਜ਼ਾ ਦੀ ਹਾਂਜੀ ਇਹ ਦਿਮਾਗ 'ਚ ਹੀ ਆਉਂਦੀ ਗੱਲ ਜਿੱਦਾਂ ਹੁਣ ਤੁਸੀਂ ਆਹ ਕਨਸੈਪਟ ਦੇ ਲਈ ਵੱਖਰੀ ਗੱਲ ਕੀਤੀ ਜਦੋਂ ਪਹਿਲਾਂ ਦੇ ਆਪਾਂ ਗੀਤਾਂ ਦੀ ਗੱਲ ਕਰ ਲਈਏ ਜਾਂ ਡਿਊਟੀ ਸਮਝਦੇ ਹੋ ਵੀ ਨਹੀਂ ਜੈਜ਼ ਐਜ਼ ਅ ਸਿੰਗਰ ਐਜ਼ ਅ ਗਾਇਕ ਆਪਾਂ ਨੂੰ ਇਸ ਤਰ੍ਹਾਂ ਦਾ ਲਿਖਣਾ ਐਨਕਾਉਣਾ ਚਾਹੀਦਾ ਦੋਨੋਂ ਚੀਜ਼ਾਂ ਨੇ ਬਾਈ ਜੀ ਇਹ ਇੱਕ ਤਾਂ ਕੋਈ ਵੀ ਜਦੋਂ ਆਪਾਂ ਕੋਈ ਚੀਜ਼ ਲਿਖਣੀ ਆ ਮੈਨੂੰ ਲੱਗਦਾ ਉਹ ਤੁਹਾਡੇ ਨਾ ਅੰਦਰ ਹੁੰਦੀ ਆ ਕੋਈ ਚੀਜ਼ ਤਾਂ ਉਹ ਫੁੱਟਦੀ ਆ ਨਾ ਇਹ ਇਦਾਂ ਦੇ ਗਾਣੇ ਮੈਨੂੰ ਆਪਣਾ ਮੇਰਾ ਬੜਾ ਮਨ ਹੁੰਦਾ ਵੀ ਮੈਂ ਸਾਲ ਚ ਇੱਕ ਤਾਂ ਪੱਕਾ ਹੀ ਹੁੰਦਾ ਵੀ ਮੈਂ ਕਰਨਾ ਹੀ ਕਰਨਾ ਤੇ ਮੇਰਾ ਵਾਸਤੇ ਲੈ ਵੱਧ ਵੀ ਕਰ ਦਵਾਂ ਹੁਣ ਮੈਂ ਪਹਿਲਾਂ ਲਾਈਫ ਵਾਲਾ ਕਰਿਆ ਸੀ ਤੇਰਾ ਤੇਰਾ ਕਰਿਆ ਸੀ ਹੈਪੀਨੈਸ ਕਰਿਆ ਸੀ ਤੇ ਹੁਣ ਇਹ ਰਜ਼ਾ ਵਾਲਾ ਕਰਿਆ ਰਜ਼ਾ ਵਾਲਾ ਗਾਣਾ ਮੈਂ ਬੇਸਿਕਲੀ ਤਾਂ 2 ਸਾਲ ਪਹਿਲਾਂ ਦਾ ਰਿਕਾਰਡ ਕੀਤਾ ਹੋਇਆ ਇਹਦੇ ਵੀਡੀਓ ਕਰਨ ਦਾ ਟਾਈਮ ਨਹੀਂ ਸੀ ਲੱਗ ਰਿਹਾ ਸਾਨੂੰ अच्छा ਸਾਡੇ ਡਾਇਰੈਕਟਰ ਨੇ ਸੋਚਿਆ ਹੋਇਆ ਸੀ ਲੇਓ ਵੀ ਕਰਨਾ ਉੱਥੇ ਹੀ ਆ ਉਹ ਲੇ ਦਾ ਇਹ ਕਨਸੈਪਟ ਦਾ ਕਦੇ ਉੱਥੇ ਬਰਫ਼ ਕਰਕੇ ਬੰਦ ਦਾ ਅਕਤੂਬਰ ਤੋਂ ਲੈ ਕੇ ਮਾਰਚ ਤੱਕ ਵੈਸੇ ਬੰਦ ਰਹਿੰਦਾ ਜਦੋਂ ਉਹ ਖੁੱਲਦਾ ਸੀ ਅਸੀਂ ਬਿਜ਼ੀ ਹੋ ਜਾਂਦੇ ਸੀ ਤੇ ਹੁਣ ਟਾਈਮ ਲੱਗਿਆ ਤਾਂ ਇਹ ਕਰਕੇ ਆਏ ਤੇ ਪਰ ਜ਼ਿੰਮੇਵਾਰੀ ਵੀ ਨਾਲ ਆ ਬਾਈ ਜੀ ਮੈਨੂੰ ਲੱਗਦਾ ਨਫਰਤ ਬਹੁਤ ਜਿਆਦਾ ਵਾਧੀ ਆ ਨਫਰਤ ਤੇਜ਼ੀ ਨਾਲ ਵਾਧੀ ਆ ਹੁਣ ਸਮਾਂ ਵੀ ਇਹੋ ਜਿਹਾ ਵੀ ਜਲ ਸੀ ਇੱਕ ਦੂਜੇ ਨਾਲ ਇੰਨੀ ਜਿਆਦਾ ਆਪਾਂ ਕਰੀ ਜਾਂਦੇ ਆ ਜਿੰਦਗੀ ਬੜੀ ਛੋਟੀ ਆ ਬਾਈ ਜੀ ਕੀ ਕਿੱਥੇ ਕਿਵੇਂ ਕਦੋਂ ਸਾਹਮੁਖੇ ਜਾਣੇ ਪਤਾ ਨਹੀਂ ਹੈਗਾ ਕਈ ਵਾਰ ਆਪਾਂ ਨਫ਼ਰਤ ਬੀਜ ਦੇ ਬੀਜ ਦੇ ਨਫ਼ਰਤ ਨੂੰ ਇੰਨਾ ਵਧਾਈ ਜਾਂਦੇ ਆ ਮੈਨੂੰ ਲੱਗਦਾ ਪੋਜ਼ਿਟਿਵ ਰਹਿਣਾ ਚਾਹੀਦਾ ਜ਼ਿੰਦਗੀ 'ਚ ਪੋਜ਼ਿਟਿਵਿਟੀ ਜ਼ਰੂਰੀ ਆ ਖੁਸ਼ ਰਹਿਣਾ ਜ਼ਰੂਰੀ ਆ ਹਰੇਕ ਦੇ ਭਾਗ ਆਪਣੇ ਆ ਮੱਥੇ ਦਾ ਆਪ ਦਾ ਖਾਣਾ ਆਪਾਂ ਕਿਹੜਾ ਕਿਸੇ ਨੇ ਕੁਝ ਦੇ ਦੇਣਾ ਵਾ ਉਹਨਾਂ ਦਾ ਵੀ ਇੱਕ ਨਾ ਆਪਾਂ ਬਹੁਤ ਜਿਆਦਾ ਵੰਡੇ ਜੇ ਹੋਏ ਆ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਲੈ ਕੇ ਵੰਡੇ ਜਾਂਦੇ ਆ ਤੇ ਕਈ ਵਾਰ ਤਾਂ ਆਪਾਂ ਮਾਲਵੇ ਦੁਆਬੇ 'ਚ ਇੰਨੇ ਵੰਡੇ ਜਾਂਦੇ ਆ ਹਨਾ ਉਹਦੇ ਪਿੱਛੇ ਕਈ ਵਾਰ ਬੈਂਸਨ ਲੱਗ ਜਾਂਦੇ ਆ ਆਪਾਂ ਵੀ ਜਦੋਂ ਕਿ ਹੈਗੇ ਤਾਂ ਪੰਜਾਬੀ ਆ ਬਿਲਕੁਲ ਸਹੀ ਹੈ ਨਾ ਵੀ ਇਹ ਵੰਡੇ ਜੇ ਹੋਏ ਆ ਮਨ ਲਾਦਾ ਵੀ ਪਿਆਰ ਵਧਣਾ ਚਾਹੀਦਾ ਇੱਕਾ ਵਧਣਾ ਚਾਹੀਦਾ ਫੇਰ ਆਪਾਂ ਤਕੜੇ ਆ ਵੈਸੇ ਤਾਂ ਮੈਂ ਬਹੁਤ ਘੱਟ ਫਰਮੈਸ਼ ਕਰਦਾ ਹਾਂ ਨਾ ਪਰ ਜੇ ਰਜ਼ਾ ਦੀਆਂ ਦੂ ਲੈਣਾ ਸੁਣਾ ਦਿਓ ਜੀ ਜ਼ਰੂਰ ਬਾਈ ਜੀ ਜ਼ਰੂਰ ਸੁਣਾ ਦਿਓ ਐਨਾ ਵੀ ਨਾ ਦੇ ਮੀਕੇ ਦਿਮਾਗ ਹਿੱਲ ਜਾਵੇ ਨਾ ਇੰਨਾ ਸੁੱਟੀ ਧਰ ਤੋਂ ਕੋਈ ਖਾਲੀ ਮੁੜ ਜਾਵੇ ਸੋਨੇ ਦੇ ਆ ਥਾਲਾਂ ਵਿੱਚ ਰੋਟੀ ਨਾ ਜੀ ਆਵੇ ਬਸ ਜਿੰਨਾ ਖਾਈਏ ਉਹਨਾ ਖਾਦਾ ਪਚ ਜਾਵੇ ਦਿਮਾਗ ਪਾਵੇਂ ਥੋੜਾ ਪਰ ਦਿਲ ਖੁੱਲਾ ਰੱਖੀ ਦੁੱਖਾਂ ਦੀ ਹਨੇਰੀ ਚ ਖੁਸ਼ੀ ਦਾ ਬੁੱਲਾ ਰੱਖੀ ਰਜ਼ਾ ਵਿੱਚ ਰੱਖੀ ਬਸ ਰਾਜ਼ੀ ਸਾਹ ਰੱਖੀ ਭਾਵੇਂ ਮੇਰੇ ਵੱਲ ਨੂੰ ਅਖੀਰ ਵਿੱਚ ਤੱਕੀ ਅੱਲਾ ਵਿੱਚ ਰੱਖੀ ਭਾਵੇਂ ਰਾਮ ਵਿੱਚ ਰੱਖੀ ਗੁਰੂ ਵਿੱਚ ਰੱਖੀਆ ਕੁਰਾਨ ਵਿੱਚ ਰੱਖੀਂ ਕੀ ਬਾਤ ਆ ਜਿਹੜੀ ਤੁਸੀਂ ਇਹਦੇ ਵਿੱਚ ਇੱਕ ਲਾਈਨ ਕਹੀ ਨਾ ਤੇ ਮੈਨੂੰ ਭਾਵੇਂ ਸਭ ਤੋਂ ਅਖੀਰ ਤੇ ਰੱਖੀ ਇਹ ਮੋਸਟਲੀ ਹੁੰਦਾ ਨਹੀਂ ਅੱਜ ਕੱਲ ਮਨ ਲੱਗਦਾ ਹੁੰਦਾ ਵੀ ਆਪਣੀਆਂ ਬਹੁਤੀਆਂ ਮੁਸ਼ਕਲਾਂ ਦਾ ਕਾਰਨ ਹੀ ਹੈ ਬੰਦਾ ਕਹਿੰਦਾ ਵੀ ਯਾਰ ਮੈਂ ਪਹਿਲਾਂ ਬਾਕੀ ਵੇਖੀਓ ਜੋ ਹੋਊਗਾ ਹੈ ਨਾ ਉਹ ਜਿਹੜਾ ਤੱਕੇ ਮੁੱਕੀ ਵਾਲਾ ਕੰਮ ਉਹ ਤੋਂ ਬਚਣਾ ਚਾਹੀਦਾ ਅੱਛਾ ਇੱਕ ਮੈਂ ਭੁੱਲ ਨਾ ਜਾਵਾਂ ਖੇਤੀ ਅੰਦੋਲਨ ਜਦੋਂ ਸੀਗਾ ਉਦੋਂ ਇੱਕ ਵੱਖਰੀ ਤਰ੍ਹਾਂ ਦੀ ਪੰਜਾਬੀਤ ਸੀਗੀ ਜੀ ਉਸ ਦੌਰ ਦੇ ਵਿੱਚ ਵੀ ਤੁਸੀਂ ਬੜਾ ਅੱਗੇ ਹੋ ਕੇ ਸਾਰਾ ਕੁਝ ਕੀਤਾ ਉਸ ਦੌਰ ਨੂੰ ਕਿਵੇਂ ਦੇਖਦੇ ਹਾਂ ਤੇ ਉਹਦੇ ਤੋਂ ਬਾਅਦ ਹੁਣ ਜੋ ਐਸ ਵਕਤ ਮੌਕਾ ਆ ਗਿਆ ਕਿ ਤੋਂ ਕੋਈ ਖੁਸ਼ੀ ਕੋਈ ਗਮੀ ਕੋ ਦੁੱਖ ਜਾਂ ਕੁਸਨਿਆ ਉਹ ਦੌਰ ਨੇ ਆਪਾਂ ਨੂੰ ਇਕੱਠੇ ਰਹਿਣਾ ਸਿਖਾਇਆ ਬਾਈ ਜੀ ਬਹੁਤ ਹਨਾ ਉਹ ਦੌਰ ਨੇ ਆਪਾਂ ਨੂੰ ਬੜਾ ਕੁਝ ਦਿੱਤਾ ਬੜਾ ਕੁਝ ਸਿਖਾਇਆ ਹਨ ਤੇ ਪਰ ਗੱਲ ਇਹ ਆ ਵੀ ਉਹ ਸਿੱਖੇ ਰਹਿਣਾ ਵੀ ਚਾਹੀਦਾ ਆਪਾਂ ਨੂੰ ਹਨਾ ਮੈਨੂੰ ਲੱਗਦਾ ਉਹ ਚੀਜ਼ਾਂ ਦੁਬਾਰਾ ਆਪਾਂ ਫੇਰ ਅਲੱਗ-ਅਲੱਗ ਨਾ ਹੋਈਏ ਰਹੀਏ ਇਕੱਠੇ ਹੀ ਹਨਾ ਵਿਚਾਰਕ મતਭੇਦ ਬਾਈ ਜਿਵੇਂ ਹਰੇਕ ਬੰਦਾ ਨਾ ਜਦੋਂ ਦੋ ਜੰਮੇ ਸਕੇ ਭਰਾਵਾਂ ਦੀ ਸੋਚ ਇੱਕ ਨਹੀਂ ਹੁੰਦੀ ਬਿਲਕੁਲ ਜੀ ਪਰ ਇਹਦਾ ਮਤਲਬ ਇਹ ਥੋੜੀ ਉਪਰਾ ਨਹੀਂ ਹੈਗੇ ਹਨ ਇਹਦਾ ਮਤਲਬ ਇਹ ਥੋੜੀ ਆ ਵੀ ਜੇ ਇੱਕ ਦੂਏ ਤੇ ਆਫਤਾਈ ਤੇ ਖੜਨਾ ਨਹੀਂ ਹੈਗਾ ਆਪਾਂ ਵੀ ਉਹ ਚੀਜ਼ ਉਹ ਕਨਸੈਪਟ ਜ਼ਰੂਰ ਆਪਣੇ ਦਿਨਾਂ ਦੇ ਨੇੜੇ ਹੋਣਾ ਚਾਹੀਦਾ ਵੀ ਆਪਾਂ ਐਂਡ ਆਫ ਦਾ ਡੇ ਇੱਕ ਆ ਹਰੇਕ ਬੰਦੇ ਦੀ ਐਜੂਕੇਸ਼ਨ ਅਲੱਗ ਹਰੇਕ ਬੰਦੇ ਦਾ ਪਾਲਣ ਪੋਸ਼ਣ ਅਲੱਗ ਹਰੇਕ ਬੰਦੇ ਦਾ ਥਾਟ ਪ੍ਰੋਸੈਸ ਅਲੱਗ ਇਹ ਚੀਜ਼ ਨੂੰ ਸਮਝਣਾ ਚਾਹੀਦਾ ਕਈ ਵਾਰ ਆਪਾਂ ਇਹ ਹੁੰਦਾ ਵੀ ਆਪਣੇ ਥਾਟ ਪ੍ਰੋਸੈਸ ਦੇ ਅਕੋਰਡਿੰਗਲੀ ਉੱਚ ਇੰਨੇ ਕਿ ਜਿਆਦਾ ਆਪਾਂ ਕਟੜ ਹੋ ਜਾਂਦੇ ਆ ਜਾਂ ਇੰਨੇ ਕਿ ਜਿਆਦਾ ਸਟ੍ਰਿਕਟ ਹੋ ਜਾਂਦੇ ਆ ਜਾਂ ਫਸੀ ਹੋ ਜਾਂਦੇ ਆ ਵੀ ਆਪਾਂ ਦੂਜੇ ਨਾਲ ਬੈਂਸਣ ਜਾਂ ਲੜਨ ਤੱਕ ਚਲੇ ਜਾਂਦੇ ਆ ਇਹ ਨਹੀਂ ਸਮਝਦੇ ਵੀ ਯਾਰ ਉਹਦਾ ਥਾਟ ਪ੍ਰੋਸੈਸ ਡਿਫਰੈਂਟ ਹੋ ਸਕਦਾ ਕਈ ਵਾਰ ਆਪਾਂ ਨੇਰੀਆngੀ ਤਰ੍ਹਾਂ ਪੰਨੇ ਉਹ ਨਹੀਂ ਚਾਹੀਦਾ ਤੇ ਜੁੜ ਕੇ ਰਹਿਣਾ ਹੀ ਮਨ ਲੱਗਦਾ ਜ਼ਿੰਦਗੀ ਆ ਜੁੜੇ ਰਹਿਣਾ ਹੀ ਜ਼ਿੰਦਗੀ ਆ ਹਮ ਸਹਿਮਾ ਜੀ ਇਹ ਦੱਸੋ ਵੀ ਵੈਸੇ ਤਾਂ ਤੁਸੀਂ ਇਸ ਤੋਂ ਪਹਿਲਾਂ ਬਹੁਤ ਸਾਰੇ ਇੰਟਰਵਿਊਜ਼ ਦੇ ਵਿੱਚ ਜ਼ਿਕਰ ਕਰ ਚੁੱਕੇ ਹੋ ਪਰ ਚਲੋ ਐਸ ਪਲੈਟਫਾਰਮ ਤੇ ਫੇਰ ਪੁੱਛ ਲੈਣਾ ਤੁਹਾਡੀ ਪਰਸਨੈਲਿਟੀ ਦੇ ਹਿਸਾਬ ਨਾਲ ਬੰਦੇ ਨੂੰ ਲੱਗਦਾ ਨਹੀਂ ਵੀ ਯਾਰ ਬੰਦਾ ਗਾਇਕ ਥੋੜਾ ਹੋਊਗਾ ਕਲਾਕਾਰ ਥੋੜਾ ਹੋਣਾ ਚਾਹੀਦਾ ਇਹ ਤਾਂ ਬਦਗ ਦੇ ਅਫਸਰ ਉਸਰ ਲਵਾ ਦਿਓ ਕਿਤੇ ਨਾ ਕਿਤੇ ਫਿਲਮਾਂ ਆਈ ਸੀ ਨਾ ਜਿਹਦੇ ਚ ਅਫਸਰ ਦਾ ਕਰੈਕਟਰ ਸੀ ਇਹ ਇਸ ਪਾਸੇ ਕਿਦਾਂ ਇਹ ਬਾਈ ਜੀ ਛੋਟਾ ਹੁੰਦਾ ਮੈਂ ਨਾ ਕਵਿਸ਼ਰੀਆਂ ਗਾਉਂਦਾ ਹੁੰਦਾ ਸੀ ਅਸੀਂ ਮੈਨੂੰ ਯਾਦ ਆ ਦੋ ਸਾਲ ਲਗਾਤਾਰ ਅਸੀਂ ਪੰਜਾਬ ਫਾਸਟ ਆਉਂਦੇ ਰਹੇ ਹਾਂ ਪਰਫਾਰਮ ਅਸੀਂ ਮੈਨੂੰ ਚਾਰ ਪੰਜ ਸਾਲ ਕਰਦੇ ਰਹੇ ਹਾਂ ਫਿਰ ਸੈਕੰਡ ਕਦੇ ਇਦਾਂ ਇਧਰ ਲਿਖਣ ਦਾ ਸ਼ੁਰੂ ਤੋਂ ਹੀ ਸ਼ੌਂਕ ਸੀਗਾ ਲਿਖਦਾ ਤਾਂ ਮੈਂ ਸ਼ੁਰੂ ਤੋਂ ਹੀ ਸੀ ਬਟ ਹਾਂਜੀ ਕਾਲਜ ਟਾਈਮ ਆ ਕੇ ਮੈਨੂੰ ਇਹ ਨਹੀਂ ਸੀਗਾ ਕਿ ਮੈਂ ਇੱਕ ਪ੍ਰੋਫੈਸ਼ਨਲ ਸਿੰਗਰ ਦੇ ਤੌਰ ਤੇ ਆਣਾ ਚਾਹ ਨੂੰ ਜਿਹੜਾ ਗਾ ਲੈਂਦੇ ਸੀ ਯਾਰਾਂ ਦੋਸਤਾਂ ਚ ਗਾ ਲੈਣਾ ਉਹ ਸੀਗਾ ਇੱਕ ਤੇ ਫਾਦਰ ਸਾਹਿਬ ਨੂੰ ਇਹੀ ਸੀ ਜੋ ਤੁਸੀਂ ਕਿਹਾ ਵੀ ਇਹਨੂੰ ਬਣਾਉਣਾ ਕੁਝ ਕਿਉਂਕਿ ਉਹ ਆਪ ਗਵਰਨਮੈਂਟ ਜੌਬ ਕਰਦੇ ਸੀਗੇ ਤੇ ਉਹਨਾਂ ਨੂੰ ਇਹ ਸੀ ਵੀ ਇਹ ਪੜ੍ਹ ਕੇ ਕੁਝ ਵਧੀਆ ਕੁਰਸੀ ਤੇ ਜਾਵੇ ਵੀ ਆਪਣੇ ਮੁੰਡੇ ਉਹਨਾਂ ਦੀ ਸੋਚ ਇਹੀ ਸੀ ਵੀ ਆਪਣੇ ਮੁੰਡੇ ਹੁਣ ਡੇ ਬਾਈ ਡੇ ਹੁਣ ਜੇ ਆਪਾਂ ਕਹੀ ਆਈ ਆਈਐਸ ਆਈਪੀਐਸ ਬੈਚ ਜਿਹੜੇ ਆਪਣੇ ਨਾ 80s 90s ਆੜੇ ਨੇ ਬਾਈ ਜੀ ਜੀ ਆਪਣੇ ਪੰਜਾਬ ਦੇ ਉਹੀ ਚੱਲੇ ਜਾ ਰਹੇ ਨੇ ਨਵੇਂ ਨਹੀਂ ਆ ਰਹੇ ਨਵੇਂ ਆਪਾਂ ਦੇਖੀਏ ਆਪਣੇ ਪੰਜਾਬ ਚ ਵੀ ਹੁਣ ਜਿਹੜੀ ਹੋ ਰਹੀ ਆ ਪੋਸਟਿੰਗ ਤਾਂ ਆਊਟ ਆਫ ਸਟੇਟ ਵਾਲਿਆਂ ਦੀ ਹੋ ਰਹੀ ਆ ਕਿਉਂਕਿ ਆਪਾਂ ਮਾਈਨਸ ਹੋ ਗਏ ਬਹੁਤ ਹੋਣਾ ਬਾਹਰ ਜਾਦੇ ਆਉਣ ਲੱਗ ਗਏ ਬਾਹਰ ਆਉਣਾ ਗਲਤ ਨਹੀਂ ਹੈਗਾ ਪਰ ਉੱਥੇ ਆਪਾਂ ਪੜਾਈ ਨੂੰ ਜਿਹੜਾ ਪੜ ਸਕਦਾ ਉਹ ਵੀ ਛੱਡਣ ਲੱਗ ਗਿਆ ਉਹਨਾਂ ਨੂੰ ਇਹ ਸੀ ਵੀ ਜੇ ਕੁਰਸੀਆਂ ਤੇ ਬੈਠੇ ਹੋਵਾਂਗੇ ਯਾਰ ਤਾਂ ਹੀ ਜੇ ਪੰਜਾਬੀ ਬੈਠਾ ਹੋ ਤਾਂ ਹੀ ਉਹ ਪੰਜਾਬ ਬਾਰੇ ਕੋਈ ਸੋਚਾਉ ਉਹਨੂੰ ਪਤਾ ਹੋ ਨਹੀਂ ਤੁਸੀਂ ਜਿਹੜੇ ਸਟੇਟ ਦੇ ਹੈਗੇ ਹੋ ਤੁਹਾਡਾ ਉਹ ਸਟੇਟ ਨਾਲ ਬਾਰੇ ਤਾਂ ਤੁਹਾਨੂੰ ਪਤਾ ਹੁੰਦਾ ਦੂਜੇ ਸਟੇਟ ਬਾਰੇ ਆਪਾਂ ਨੂੰ ਕਿੰਨਾ ਕੁ ਪਤਾ ਨਹੀਂ ਪਤਾ ਹੁੰਦਾ ਉਹਨਾਂ ਦਾ ਇਹ ਸੀਗਾ ਵਿਜਨ ਵੀ ਤੂੰ ਇਤਰ ਕੁਝ ਕਰ ਜੋ ਵੀ ਤੇਰੇ ਤੋਂ ਬਣ ਹੁੰਦਾ ਤੂੰ ਕਰ ਪਰ ਉਹ ਮਤਲਬ ਜੋ ਹੋਣਾ ਤਾਂ ਉਹੀ ਹੈ ਜੋ ਤੁਹਾਡੀ ਕਿਸਮਤ ਨੂੰ ਜਾਂ ਤੁਹਾਡੇ ਭਾਗਾਂ ਨੂੰ ਮਨਜ਼ੂਰ ਆ ਫਿਰ ਮੈਂ ਬਾਹਰ ਚਲੇ ਗਿਆ ਯੂਕੇ ਹਮਮ ਉੱਥੇ ਜਾ ਕੇ ਜਦੋਂ ਮੈਨੂੰ ਜਿਹੜਾ ਜਦੋਂ ਬੰਦਾ ਬਾਹਰ ਆਉਂਦਾ ਨਾ ਬਾਹਰ ਆ ਕੇ ਬੰਦਾ ਇੱਕ ਵਾਰ ਉਹਦੇ ਸਾਰੇ ਖੰਭ ਜੇ ਕੱਟੇ ਜਾਂਦੇ ਆ ਜਿਵੇਂ ਆਪਾਂ ਕਬੂਤਰ ਨੂੰ ਕਹਿੰਦੇ ਨਹੀਂ ਕੈਂਚੀ ਕੀ ਕਰਦੇ ਆ ਉਹ ਰੋਪੜੀਆਂ ਪਾ ਕੇ ਉੱਟਣੋਂ ਹਟਾ ਦਿੰਦੇ ਆ ਕੁੱਤਰ ਦਿੰਦੇ ਆ ਨਾ ਉਹ ਗੱਲ ਹੋ ਜਾਂਦੀ ਆ ਬਾਹਰ ਆ ਕੇ ਜਦੋਂ ਬਾਹਰ ਆਏ ਫੇਰ ਪਤਾ ਲੱਗਿਆ ਵੀ ਯਾਰ ਜ਼ਿੰਦਗੀ ਦੀ ਜਿਹੜੀ ਸੱਚਾਈ ਆ ਤੇ ਰਿਐਲਿਟੀ ਆ ਜੇ ਤੁਸੀਂ ਆਪਣੇ ਪਿੱਛੋਂ ਆਪਣੀਆਂ ਜ਼ਮੀਨਾਂ ਜ਼ਾਦਾਤਾਂ ਨੂੰ ਅਡ ਕਰ ਦਿੰਨੇ ਹੋ ਤਾਂ ਫੇਰ ਤੁਸੀਂ ਕਿੱਥੇ ਸਟੈਂਡ ਕਰਦੇ ਆ ਬਿਲਕੁਲ ਸਹੀ ਨਾਥਿੰਗ ਇਹ ਤੁਹਾਨੂੰ ਪਤਾ ਲੱਗਦਾ ਕਿ ਤੁਹਾਨੂੰ ਕੁਝ ਵੀ ਨਹੀਂ ਫਿਰ ਉਹ ਚੀਜ਼ਾਂ ਨੇ ਬਈ ਮਤਲਬ ਮੈਨੂੰ ਲਿਖਣ ਲਈ ਹੋਰ ਮਜਬੂਰ ਕੀਤਾ ਫਿਰ ਉਦੋਂ ਲਿਖਿਆ ਬਹੁਤ ਲਿਖਣ ਤੋਂ ਬਾਅਦ ਸਾਡਾ ਭਰਾ ਕੁਲਵੀਰ ਉਹਨੂੰ ਗਾਉਣ ਦਾ ਬੜਾ ਸ਼ੌਂਕ ਹੁੰਦਾ ਸੀ ਉਹ ਚਾਹੁੰਦਾ ਸੀ ਹਾਂ ਜਿੰਝਨ ਉਹ ਚਾਹੁੰਦਾ ਸੀ ਮੈਂ ਗਾਉਣਾ ਫਿਰ ਮੈਂ ਜਦੋਂ ਯੂਕੇ ਤੋਂ ਵਾਪਸ ਮੁੜਿਆ ਬਈ ਫਿਰ ਅਸੀਂ ਗਾਣੇ ਰਿਕਾਰਡ ਕੀਤੇ ਫਿਰ ਚੱਲ ਸੋ ਚੱਲ ਕੰਪਨੀ ਆਪਣੀ ਲਾਈ ਫਿਰ ਮੈਂ ਆਪਣਾ ਗਾਣਾ ਕੀਤਾ ਮੈਨੂੰ ਉਹਨੇ ਪੁਸ਼ ਕੀਤਾ ਫਿਰ ਵੀ ਤੂੰ ਵੀ ਕਰ ਵੀ ਤੂੰ ਗਾਉਂਦਾ ਤਾਂ ਹੈਗਾ ਹੀ ਆ ਤੂੰ ਕਿਉਂ ਨਹੀਂ ਕਰਦਾ ਹੂੰ ਫੇਰ ਗਾਣੇ ਕਰਦੇ 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 ਬਾਈ ਫਿਰ ਉਦੋਂ ਵਿਜਨ ਸੀਗਾ ਜਦੋਂ ਕੁਲਬੀਰ ਆ ਗਿਆ ਸੀ ਇਹ ਲਾਈਨ 'ਚ ਤਾਂ ਉਦੋਂ ਇੱਕ ਵਿਜਨ ਉਦੋਂ ਤੋਂ ਹੀ ਸੈੱਟ ਸੀ ਫਿਲਮ ਵਾਲਾ ਫਿਲਮ ਦਾ ਵਿਜਨ ਪਹਿਲੇ ਦਿਨ ਤੋਂ ਸੈੱਟ ਸੀ ਵੀ ਵਿਲੀ ਜੰਤਾ ਫਿਲਮਸ ਕੰਪਨੀ ਵੀ ਲਾਉਣੀ ਆ ਆਪਣਾ ਪ੍ਰੋਡਕਸ਼ਨ ਹਾਊਸ ਵੀ ਆਪਣਾ ਤੇ ਐਕਟਿੰਗ ਵੀ ਉਹ ਫਿਰ ਮੈਂ ਉਦੋਂ ਕਲਾਸਾਂ ਵੀ ਲਾਉਣੀਆਂ ਸਟਾਰਟ ਕੀਤੀਆਂ ਸੀ ਇਹ ਵੀ ਦਾਸੀ ਦਾ ਉਹ ਜੇ ਕੰਪਨੀ ਦਾ ਨਾਮ ਵਿਲੀ ਜੰਤਾ ਕਿਥੋਂ ਨਾਮ ਆ ਗਿਆ ਉਹ ਕਿਉਂਕਿ ਬਾਈ ਵਿਲੇ ਸੀ ਜਦੋਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਮੈਂ ਉਹਨਾਂ ਦਾ ਆਪਣੇ ਨਾਂ ਚਾਹੁੰਦੇ ਹੋਏ ਵੀ ਨਾ ਬੰਦੇ ਨੂੰ ਉੱਥੇ ਥੋੜਾ ਜਿਹਾ ਵੇਲਾ ਰਹਿਣਾ ਹੀ ਪੈਂਦਾ ਚਾਹੇ ਤੁਸੀਂ ਬੈਚਲਰ ਕੀਤੀ ਆ ਮਾਸਟਰ ਕੀਤੀ ਆ ਤਾਂ ਜ਼ਰੂਰੀ ਨਹੀਂਗਾ ਵੀ ਤੁਹਾਨੂੰ ਨਾਲ ਦੀ ਨਾਲ ਜੌਬ ਮਿਲ ਜਵੇ ਜਿੱਦਾਂ ਦੀ ਤੁਸੀਂ ਚਾਹੁੰਦੇ ਹੋ ਤੇ ਅਫਸੋਸ ਦੀ ਗੱਲ ਆ ਵੈਸੇ ਇਹ ਵੀ ਤੁਸੀਂ ਮਾਸਟਰ ਵੀ ਕੀਤੀ ਹੋਵੇ ਐਮਬੀਏ ਕਰ ਕਰਕੇ ਵੀ ਮੁੰਡੇ ਜਾਂ ਬੈਚਲਰ ਕਰ ਕਰਕੇ ਵੀ ਮੁੰਡੇ ਬੀਟੈਕ ਕਰਕੇ ਵੀ ਤੁਹਾਨੂੰ ਜੌਬ ਪੈਕੇਜ ਮਿਲਦਾ 10000 12000 ਪਰ ਮੰਥ ਬਿਲਕੁਲ ਸਹੀ ਜਦੋਂ ਕਿ ਤੁਹਾਡੀ ਡਿਗਰੀ ਤੇ ਖਰਚ ਆਇਆ ਹੁੰਦਾ 15-15 10-10 ਲੱਖ ਹੂੰ ਵਿਆਜ ਵੀ ਨਹੀਂ ਮੁੜਦਾ 1% ਹਾਂ ਤੇ ਹੁਣ ਇੱਧਰ ਆ ਕੇ ਇਹਨਾਂ ਦੇਸ਼ਾਂ 'ਚ ਪ੍ਰੋਪਰ ਤੁਹਾਨੂੰ ਮਿਲਦੀ ਏ ਉਹਦੀ ਵੈਲਿਊ ਮਿਲਦੀ ਏ ਉਹ ਵੇਲੇ ਸੀ ਅਸੀਂ ਉਹ ਮੈਨੂੰ ਮੇਰੇ ਇੱਕ ਦਿਮਾਗ 'ਚ ਹਮੇਸ਼ਾ ਗੱਲ ਚੱਲਦੀ ਰਹਿੰਦੀ ਸੀ ਕਹਿੰਦੇ ਆ ਬਿੱਲੀਆਂ ਤਾਂ ਫਿਰ ਜਾਂਦੀਆਂ ਕਦੇ ਇੱਧਰ ਨੂੰ ਚਲੇ ਜਾਂਦੇ ਆ ਕਦੇ ਇੱਧਰ ਨੂੰ ਚਲੇ ਜਾਂਦੇ ਆ ਸਰਕਲ ਸਾਡਾ ਸੁੱਖ ਨਾ ਖਾਸਾ ਸੀ ਹੂੰ ਉਹ ਵੇਲੇ ਵਾਲੀ ਗੱਲ ਦਿਮਾਗ 'ਚ ਸੀ ਮਰੋ ਉੱਥੋਂ ਇੱਕ ਕਨਸੈਪਟ ਅਸੀਂ ਜਦੋਂ ਮੈਂ ਗਾਣਾ ਬਣਾਇਆ ਐਲਬਮ ਬਣਾਈ ਉਦੋਂ ਬਾਅਦ ਜਦੋਂ ਅਸੀਂ ਕਿਤੇ ਜਾਂਦੇ ਸੀ ਫਿਰ ਸਾਨੂੰ ਲੋਕ ਕਹਿਣ ਲੱਗੇ ਉਹ ਵਿਲੀਜਨਤਾ ਵਾਲੇ ਆ ਗਏ ਵਿਲੀਜਨਤਾ ਵਾਲੇ ਆ ਗਏ ਫਿਰ ਅਸੀਂ ਉਹ ਟੈਗ ਜਿਹੜਾ ਲੋਕਾਂ ਦਾ ਦਿੱਤਾ ਸੀਗਾ ਫਿਰ ਉਹਨੂੰ ਅਸੀਂ ਆਪਣੇ ਨਾਲ ਕੰਪਨੀ ਤੋਂ ਲੈ ਕੇ ਰਹੀ ਇੱਕ ਚੀਜ਼ ਵਿਲੀਜਨਤਾ ਦੇ ਨਾਮ ਤੇ ਕੀਤੀ ਮਤਲਬ ਹੁਣ ਤੁਸੀਂ ਇਹ ਦੇਖ ਰਹੇ ਹੋ ਜੀ ਵੀ ਵਿਲੀਜਨਤਾ ਜਿਹੜੀ ਹੈ ਉਹਨਾਂ ਕੋਲ ਵੇਹ ਲੈ ਨਹੀਂ ਇਹ ਆਪਣਾ ਗਾਣਾ 2 ਸਾਲ ਬਾਅਦ ਸ਼ੂਟ ਕੀਤਾ ਜਾ ਰਿਹਾ ਹੈ ਅੱਛਾ ਇਹ ਇਹ ਜਦੋਂ ਇਸ ਪਾਸੇ ਮੁੜੇ ਸੀ ਉਦੋਂ ਫਿਰ ਕਰਦਿਆਂ ਆਖਿਆ ਨੇ ਵੀ ਕਾਕਾ ਕੀੜੀ ਕੰਮ 'ਚ ਪੈ ਗਿਆਂ ਪਹਿਲਾਂ ਤਾਂ ਕਹਿੰਦੇ ਸੀ ਮਤਲਬ ਉਹਨਾਂ ਨੇ ਨਾਂ ਤਾਂ ਕਦੇ ਬੋਲਿਆ ਆਪੋਜ਼ ਕੀਤਾ ਪਰ ਉਹਨਾਂ ਨੂੰ ਇਹ ਸੀਗਾ ਵੀ ਯਾਰ ਇਹ ਇਹ ਲਾਈਨ ਦੇ ਵਿੱਚ ਵੀ ਸ਼ਾਇਦ ਇਹ ਲਾਈਨ ਲਈ ਨਹੀਂ ਹੈਗਾ ਹੂੰ ਹੂੰ ਜਾਂ ਅਸੀਂ ਇਹਨੂੰ ਇਹ ਲਾਈਨ ਜੋਗਾ ਨਹੀਂ ਪਾਲਿਆ ਹੋਇਆ ਮਤਲਬ ਇਹਨੂੰ ਉਹ ਜਿਹੇ ਚੀਜ਼ਾਂ ਅਸੀਂ ਨਹੀਂ ਦਿੱਤੀਆਂ ਉਹ ਜਿਹੜਾ ਨਹੀਂ ਸਖਾਇਆ ਹੋਇਆ ਜਿਹੜਾ ਇਹ ਲਾਈਨ ਲਈ ਚਾਹੀਦਾ ਤੇ ਤਾਂ ਕਰਕੇ ਜਦੋਂ ਆਪਾਂ ਆਊਟ ਆਫ ਟਰੈਕ ਜਾਂਦੇ ਆ ਤਾਂ ਉਹ ਤੁਹਾਨੂੰ ਰਿਸਕ ਵੀ ਹੁੰਦਾ ਤੇ ਉਹਨਾਂ ਨੂੰ ਇਹ ਸੀਗਾ ਵੀ ਯਾਰ ਇਹ ਜਿਹੜਾ ਟਰੈਕ ਅਸੀਂ ਇਹ ਲਈ ਚੁਣਿਆ ਵੀ ਇਹਦੇ ਤੇ ਰਹੇ ਹਮ ਹੌਲੀ ਹੌਲੀ ਪਰ ਜਦੋਂ ਉਹ ਚੀਜ਼ਾਂ ਪਸੰਦ ਕੀਤੀਆਂ ਸਾਰਿਆਂ ਨੇ ਕਿਉਂਕਿ ਮੈਂ ਜਿਵੇਂ ਦਾ ਸੀ ਮੈਂ ਉਵੇਂ ਹੀ ਸਕਰੀਨ ਤੇ ਆ ਗਿਆ ਸੀ ਜੀ ਮੈਂ ਕੋਈ ਨਵੇਂ ਅਲੱਗ ਤੋਂ ਕੱਪੜੇ ਨਹੀਂ ਲਏ ਮੈਂ ਕੋਈ ਅਲੱਗ ਤੋਂ ਪੱਗ ਦਾ ਸਟਾਈਲ ਨਹੀਂ ਚੇਂਜ ਕੀਤਾ ਮੈਂ ਕੋਈ ਅਲੱਗ ਨਹੀਂ ਬਣਿਆ ਮੈਂ ਜਿਵੇਂ ਦਾ ਸੀ ਅਸੀਂ ਉਵੇਂ ਹੀ ਆ ਗਏ ਉਹ ਉਵੇਂ ਆਏ ਹੋਏ ਸਾਰਿਆਂ ਨੇ ਪਸੰਦ ਬਹੁਤ ਕੀਤੀ ਕਿਉਂਕਿ ਉਹ ਮਤਲਬ ਔਥੈਂਟਿਕ ਸੀਗਾ ਬੇਸਿਕਲੀ ਹਰੇਕ ਨੂੰ ਲੱਗਦਾ ਸੀ ਵੀ ਸਾਡਾ ਮੇਰਾ ਛੋਟਾ ਭਰਾ ਇਹ ਜਾ ਕਿਸੇ ਨੂੰ ਲੱਗਦਾ ਸੀ ਮੇਰਾ ਬڑا ਭਰਾ ਇਹ ਜਾ ਉਹ ਚੀਜ਼ ਫਿਰ ਲੋਕਾਂ ਨੇ ਪਸੰਦ ਵੀ ਦਿਲੋਂ ਹੀ ਕੀਤਾ ਫਿਰ ਉਹਨਾਂ ਨੂੰ ਹੌਲੀ-ਹੌਲੀ ਪਤਾ ਮਤਲਬ ਜਦੋਂ ਫਾਦਰ ਸਾਹਿਬ ਉਹਨਾਂ ਨੂੰ ਬਹੁਤਾ ਕਿਉਂਕਿ ਗਾਣੇ ਗੁੰਣੇ ਤਾਂ ਸੁਣਦੇ ਹੀ ਨਹੀਂ ਸੀ ਉਹ ਹੌਲੀ ਹੌਲੀ ਜਦੋਂ ਘਰੇ ਮੁੰਡਿਆਂ ਨੇ ਆਉਣਾ ਵੀ ਅੰਕਲ ਅਸੀਂ ਮਿਲਣਾ ਮੈਂ ਪੱਗ ਬੰਨਦਾ ਬਾਈ ਅਰ ਕੀ ਮੈਂ ਇਦਾਂ ਕਰਦਾ ਫਿਰ ਉਹਨਾਂ ਨੂੰ ਹੌਲੀ 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 ਪਤਾ ਲੱਗਿਆ ਵੀ ਜੋ ਅਸੀਂ ਸਿਖਾਇਆ ਸੀ ਟਰੈਕ ਸਹੀ ਤੇ ਆ ਲਾਈਨ ਹੋਰ ਆ ਠੀਕ ਆ ਵੀ ਟਰੈਕ ਠੀਕ ਤੇ ਆ ਫਿਰ ਉਹ ਉਹਨਾਂ ਨੂੰ ਵਦਿਆ ਲੱਗਿਆ ਚਲੋ ਤਾਂ ਵਿੱਚ ਜਗਾ ਵੈਸੇ ਤੁਸੀਂ ਕਵੀਸ਼ਰੀ ਦੀ ਗੱਲ ਕੀਤੀ ਸੀ ਮੈਨੂੰ ਇੰਨਾ ਪਤਾ ਵੀ ਜੇ ਦੀ ਸ਼ੁਰੂਆਤ ਉੱਥੋਂ ਹੋਈ ਹੋਵੇ ਨਾ ਉਹ ਅੰਦਰੋਂ ਨਿਕਲਦੀ ਨਹੀਂ ਹੁੰਦੀ ਜੇ ਕੋਈ ਥੋੜੀ ਜਿਹਾ ਚੱਲ ਕੇ ਇੱਕ ਪਰ ਸੇਮ ਜਸੜ ਹੋਰਾਂ ਦੀ ਕਵੀਸ਼ਰੀ ਅਸੀਂ ਉਦੋਂ ਗਾਉਂਦੇ ਹੁੰਦੇ ਸੀ ਹਾਂ ਗੁਰਗੋਬਿੰਦ ਸਿੰਘ ਪਾਸ਼ਾ ਦੀ ਹੁੰਦੀ ਸੀ ਕੁਇਸ਼ਰੀ ਹੁਣ ਮੈਂ ਉਹਦੀਆਂ ਦੋ ਕਲਾਇਨਾ ਸੁਣਾਉਣਾ ਜੀ ਜੀ ਜ਼ਰੂਰ ਹੋ ਕਾਲੀ ਬੋੜੀ ਰਾਤ ਸੀ ਆ ਵਾਹ ਵਗਦੀ ਠੰਡੀ ਆ ਐਸਾ ਭਿਆਨਕ ਪੰਦ ਸੀ ਨਾ ਦਿਸਦੀ ਡੰਡੀ ਆ ਹਾਂ ਜੀ ਡੰਡੀ ਹੋ ਮੱਲੇ ਮੱਲੇ ਵਿੱਚ ਭਾਲਦੀ ਸੈਨਾ ਤੁਰਕਾਨੀ ਨੀ ਮਾਛੀਵਾੜੇ ਪਹੁੰਚ ਗਿਆ ਉਤਰਾਂ ਦਾ ਦਾਨੀ ਆ हां जी दानी ये हुंदी साडी खुश हो सका आज दी अपनी इस ਗੱਲਬਾਤ ਚ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਪਹਿਲੀ ਵਾਰ ਆਬਾਦ ਲੱਗੀ ਹੋਵੇਗੀ ਤਰਸੇਮ ਜਸੜ ਹੋਏ ਨੇ ਦੀ ਸ਼ੁਰੂਆਤ ਕਿੱਥੋਂ ਹੋਈ ਸੀਗੀ ਅੱਛਾ ਹੁਣ ਆਪਾਂ ਦੁਬਾਰਾ ਸ਼ੋਅ ਤੇ ਆ ਜਾਈਏ ਗੱਲਾਂ ਬਾਤਾਂ ਚ ਹੋਰ ਪਾਸੇ ਨਿਕਲ ਗਏ ਆਪਣੇ ਪ੍ਰੋਡਿਊਸਰ ਸਾਹਿਬ ਬਾਹਰ ਬੈਠੇ ਹੋਣੇ ਕਹਿੰਦੇ ਤੈਹੀਂ ਹੋਰ ਕੰਮ ਨਹੀਂ ਬਿਠਾਇਆ ਤੁਸੀਂ ਕੋਈ ਹੋਰ ਕਰੀ ਜਾਂਦੇ ਹੋ ਸ਼ੋਅ ਜਿਹੜਾ ਜੀ ਆਪਣਾ 29 ਤੇ 30 ਵਾਲਾ ਵੈਨਕੋਰ ਐਂਡ ਉਸ ਤੋਂ ਬਾਅਦ ਕੈਰ ਕਰੀ ਤੁਸੀਂ ਆਪਣੇ ਵੱਲੋਂ ਇੱਕ ਨਾ ਅਪੀਲ ਕਰ ਦਿਓ ਅਸੀਂ ਤੇ ਕਹਿ ਦਿੱਤਾ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਅਪੀਲ ਜੀ ਜਿੰਨੇ ਵੀ ਪੰਜਾਬੀ ਇੱਥੇ ਵਸਦੇ ਆ ਸਾਰਿਆਂ ਨੂੰ ਤੁਹਾਨੂੰ ਦਿਲੋਂ ਤਹਿ ਦਿਲੋਂ ਅਪੀਲ ਤੁਹਾਡੇ ਸ਼ਹਿਰ ਆਏ ਆ ਜੀ ਤੇ ਸਾਰੇ ਜਣੇ ਆਓ ਪਰਿਵਾਰਾਂ ਨਾਲ ਆਓ ਮੈਨੂੰ ਬੜੀ ਖੁਸ਼ੀ ਹੁੰਦੀ ਜਦੋਂ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਸ਼ੋਹ ਦੇ ਵਿੱਚ ਜਾਂ ਫਿਲਮ ਦੇਖਣ ਲਈ ਵੀ ਇਕੱਠੇ ਜਾਂਦੇ ਹਾਂ ਹਮੇਸ਼ਾ ਇਹ ਚੀਜ਼ ਨੂੰ ਜ਼ਿੰਮੇਵਾਰੀ ਦੇ ਤੌਰ ਤੇ ਆਪਣੇ ਵੱਲੋਂ ਕੋਸ਼ਿਸ਼ ਕਰਦਾ ਵੀ ਤੁਹਾਡੀਆਂ ਉਮੀਦਾਂ ਤੇ ਪੂਰਾ ਉਤਰਾ ਸ਼ੋਹ ਦੇ ਵਿੱਚ ਵੀ ਇਹੀ ਆ ਪੂਰਾ ਇੰਜੋਏ ਕਰਾਂਗੇ ਪੂਰੀਆਂ ਧੂਮਾ ਪਾਵਾਂਗੇ ਪਰ ਪਰਿਵਾਰਾਂ ਦੇ ਨਾਲ ਬੱਚਿਆਂ ਦੇ ਨਾਲ ਬੀਬੀਆਂ ਦੇ ਨਾਲ ਸਾਡੀਆਂ ਦੇ ਫੇਰ ਸਵਾਦ ਆਉਂਦਾ ਤੁਸੀਂ ਸਾਰੇ ਜਣੇ ਆਓ ਟਿਕਟਾਂ ਆਪਣੀਆਂ ਲੈ ਲਓ ਜੀ ਤੇ ਟ੍ਰਾਂਟੋ ਤੋਂ ਬੜੀਆਂ ਮਿੱਠੀਆਂ ਸੋਹਣੀਆਂ ਯਾਦਾਂ ਲੈ ਕੇ ਆਇਆ ਤੇ ਹੁਣ ਸਰੀ ਵਾਲਿਓ ਵੈਨਕੂਵਰ ਵਾਲਿਓ ਹੁਣ ਤੁਹਾਡੇ ਤੇ ਬੜਾ ਮਾਣ ਸਾਰੇ ਜਣੇ ਪਹੁੰਚੋ ਜੀ ਤੇ ਕੈਲਗਰੀ ਤੁਸੀਂ ਵੀ ਤਿਆਰ ਰਹੋ ਜੀ 30 ਤਰੀਕ ਨੂੰ ਤੁਹਾਡੇ ਕੋਲ ਪਹੁੰਚ ਰਹੇ ਹਾਂ ਕੈਲਗਰੀ ਵਾਲੇ ਵੀ ਸਾਰਿਆਂ ਨੂੰ ਅਪੀਲ ਲਓ ਆਪਣੀਆਂ ਟਿਕਟਾਂ ਜੀ ਮਿਲਦੇ ਹਾਂ ਤੁਹਾਨੂੰ ਬਹੁਤ ਧੰਨਵਾਦ ਦਸੇਮਬਾਈ ਜੀ ਸਮਾਂ ਦਿੱਤਾ ਸਹੀ ਥੈਂਕ ਯੂ ਬਾਈ ਜੀ ਥੈਂਕ ਯੂ ਥੈਂਕ ਯੂ ਬਹੁਤ ਥੈਂਕ ਯੂ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ ਆਸ ਕਰਦਾ ਆਂ ਵੀ ਇਹਨ ਲਬਾ ਹੋਗਾ ਦੇਖਦੇ ਰਹਿਣਾ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ